ਦੇ ਖਿਲਾਫ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਦੀ ਜਾਣਕਾਰੀ ਅੱਜ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ ਸਾਡੇ ਨਾਲ ਨੇ ਇਸ ਵੇਲੇ ਕਮਿਸ਼ਨਰ ਸਾਹਿਬ ਇਨੀਸ਼ੀਏਟਿਵ ਨਵਾਂ ਹੈ ਹੋਪ ਇਨੀਸ਼ੀਏਟਿਵ ਨਾਮ ਰੱਖਿਆ ਹੈ ਇਹਨੂੰ ਥੋੜਾ ਜਿਹਾ ਡਿਟੇਲਸ ਦੱਸਿਓ ਕੀ ਹੈ ਜੀ ਜਿਵੇਂ ਕਿ ਤੁਸੀਂ ਨਾਮ ਸੁਣਿਆ ਹੈਗਾ ਹੋਪ ਇਨੀਸ਼ੀਏਟਿਵ ਹੋਪ ਦਾ ਅਰਥ ਹੈ ਉਮੀਦ ਆਸ ਇੱਕ ਇਨੀਸ਼ੀਏਟਿਵ ਹੈ ਜੋ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਜੇ ਪਬਲਿਕ ਸ਼ਹਿਰ ਦੇ ਨਿਵਾਸੀ ਯੂਥ ਪ੍ਰਸ਼ਾਸਨ ਇਕੱਠਾ ਚੱਲਦਾ ਹੈਗਾ ਤਾਂ ਅਸੀਂ ਨਸ਼ਿਆਂ ਦੀ ਗੁਲਾਮੀ ਤੋਂ ਆਜ਼ਾਦੀ ਪਾ ਸਕਦੇ ਹਾਂ ਇਹਦੇ ਤਿੰਨ ਹਿੱਸੇ ਹੈਗੇ ਪ੍ਰੇ ਪਲੇਜ ਅਤੇ ਪ੍ਰੇ ਪਲੇ ਜਿਹੜਾ ਪ੍ਰੇਅਰ ਹੈ ਉਹ ਦਰਬਾਰ ਸਾਹਿਬ ਦੇ ਅਰਾਊਂਡ ਹੈਗਾ ਕਿਉਂਕਿ ਇਹ ਸ਼ਹਿਰ ਜਿਹੜਾ ਹੈਗਾ ਇਹ ਦਰਬਾਰ ਸਾਹਿਬ ਤੋਂ ਮੰਨਿਆ ਜਾਂਦਾ ਹੈ ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਦਰਬਾਰ ਸਾਹਿਬ ਦੇ ਮਾਧਿਅਮ ਤੋਂ ਵੱਧ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਡਰੱਗਸ ਦੇ ਬਾਰੇ ਜਾਣਕਾਰੀ ਦੇਈਏ ਉਹਨਾਂ ਨੂੰ ਡਰੱਗਸ ਤੋਂ ਬਚਣ ਦਾ ਇੱਕ ਮੌਕਾ ਦੇਈਏ ਬਾਰੇ ਉਹਨਾਂ ਨੂੰ ਪ੍ਰੇਰਿਤ ਕਰੀਏ ਅਤੇ ਇੱਕ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗੀਏ ਕਿ ਪੂਰੇ ਦੇ ਪੂਰੇ ਸ਼ਹਿਰ ਨੂੰ ਅਤੇ ਸੂਬੇ ਨੂੰ ਇਸ ਡਰੱਗ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ ਸੈਕਿੰਡ ਹਿੱਸਾ ਜਿਹੜਾ ਹੈਗਾ ਉਹ ਪ੍ਰੇਰਣਾ ਲੈਂਦਾ ਹੈਗਾ ਜਿਹੜਾ ਪਲੇਜ ਹੈ ਉਹ ਜਲਿਆਂਵਾਲਾ ਬਾਗ ਤੋਂ ਅਸੀਂ ਇਸ ਜਨਰੇਸ਼ਨ ਨੂੰ ਇਹ ਦੱਸਣਾ ਚਾਹੁੰਦੇ ਹਾਂ ਪ੍ਰੇਰਿਤ ਕਰਨਾ ਚਾਹੁੰਦੇ ਕਿ ਇਹਨਾਂ ਦੇ ਪੁਰਖਿਆਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜਾਨ ਦਿੱਤੀ ਸੀ ਲੇਕਿਨ ਜਾਨ ਦੇ ਕੇ ਉਹਨਾਂ ਨੇ ਸਾਨੂੰ ਆਜ਼ਾਦ ਕੀਤਾ ਸੀਗਾ ਅਤੇ ਜੇ ਉਹ ਇਸ ਗੱਲ ਨੂੰ ਸਮਝ ਲੈਣ ਅਤੇ ਠਾਣ ਲੈਣ ਅਤੇ ਨਸ਼ਿਆਂ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨਾ ਕੋਈ ਮੁਸ਼ਕਿਲ ਨਹੀਂ ਹੈ ਉਸ ਤੋਂ ਬਾਅਦ ਯੂਥ ਨੂੰ ਉਹਨਾਂ ਦੀ ਐਨਰਜੀ ਨੂੰ ਇੱਕ ਨਵਾਂ ਇੱਕ ਟਰਨ ਦੇਣ ਲਈ ਚੈਨਲਾਈਜ਼ ਕਰਨ ਲਈ ਅਸੀਂ ਜਿਹੜਾ ਪਲੇ ਹੈ ਇਹ ਇਨੀਸ਼ੀਏਟਿਵ ਜਿਹੜਾ ਹੈਗਾ ਕੀਤਾ ਜਿਹਦੇ ਵਿੱਚ ਕਰੀਬ 15,000 ਬੱਚਾ ਜਿਹੜਾ ਹੈਗਾ ਉਹ ਖੇਡੇਗਾ ਸ਼ਿਰਕਤ ਕਰੇਗਾ ਅਤੇ ਇਸ ਮਾਧਿਅਮ ਤੋਂ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਯੂਥ ਹੈ ਉਹ ਕਿਤੇ ਜਿਹੜਾ ਪੋਜ਼ਿਟਿਵ ਏਰੀਆ ਵਿੱਚ ਆਪਣੀ ਐਨਰਜੀ ਨੂੰ ਲਾਏ ਅਤੇ ਸਪੋਰਟਸ ਅਤੇ ਪੋਜ਼ਿਟਿਵ ਲਾਈਫ ਸਟਾਈਲ ਨਾਲ ਜੁੜੇ ਹੋਪ ਇਨੀਸ਼ੀਏਟਿਵ ਤੁਸੀਂ ਨਾਮ ਰੱਖਿਆ ਕੀ ਤੁਸੀਂ ਕੀ ਉਮੀਦ ਹੈ ਤੁਹਾਨੂੰ ਲੱਗ ਰਿਹਾ ਕਿ ਵੀ ਇਸ ਚੈਨਲ ਦੇ ਨਾਲ ਕਿਆ ਅਸੀਂ ਇਸ 'ਤੇ ਕਿੰਨਾ ਹੱਦ ਤੱਕ ਕਾਮਯਾਬ ਹੋਵਾਂਗੇ ਕਿਉਂਕਿ 14 ਸਾਲ ਦੀ ਉਮਰ ਤੱਕ ਤਾਂ ਤੁਸੀਂ ਉਮਰ ਰੱਖੀ ਹੈ 14 ਸਾਲ ਤੋਂ ਉੱਪਰ ਕਿਉਂਕਿ 14 ਸਾਲ ਦਾ ਬੱਚਾ ਤਾਂ ਕੋਈ ਡਰੱਗ ਨਹੀਂ ਲੈਂਦਾ ਮੁੱਦਾ ਸਿਰਫ ਡਰੱਗ ਲੈਣ ਤੋਂ ਰੁਕਦਾ ਨਹੀਂ ਹੈ ਮੁੱਦਾ ਹੈਗਾ ਹੈ ਕਿ ਕੀ ਅਸੀਂ ਡਰੱਗਸ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਇੱਕ ਬੰਦੇ ਨੂੰ ਹਾਈ ਦਿੰਦਾ ਹੈ ਜੇ ਅਸੀਂ ਉਸ ਡਰੱਗਸ ਦੇ ਹਾਈ ਨੂੰ ਕਿਸੇ ਹੋਰ ਤਰੀਕੇ ਦੀ ਬੈਟਰ ਹਾਈ 'ਚ ਕਨਵਰਟ ਕਰ ਦਈਏ ਅਸੀਂ ਬੱਚੇ ਨੂੰ ਇੱਕ ਬੈਟਰ ਲਾਈਫ ਸਟਾਈਲ ਬੈਟਰ ਖੁਸ਼ਗਵਾਰ ਲਾਈਫ ਸਟਾਈਲ ਦੇ ਸਕੀਏ ਇਹ ਹੋਪ ਇਨੀਸ਼ੀਏਟਿਵ ਉਸ ਵਾਸਤੇ ਬਣਿਆ ਕਿ ਬੱਚਿਆਂ ਨੂੰ ਇਹੋ ਜਿਹੇ ਇਨੀਸ਼ੀਏਟਿਵ ਇਹੋ ਜਿਹੀ ਓਪਰਚੁਨਿਟੀਜ਼ ਦਿਖਾ ਸਕੀਏ ਜਿੱਥੇ ਉਹਨਾਂ ਦਾ ਮਨ ਡਰੱਗਸ ਵੱਲ ਕਦੇ ਜਾਣ ਦਾ ਹੋਈ ਨਾ ਸੋ ਇਹ ਸਪੋਰਟਸ ਜਿਹੜੀ ਹੈਗੀ ਹੈ ਇਹ ਇਸ ਵਾਸਤੇ ਕੀਤੀ ਗਈ ਹੈ ਕਿ ਹਰ ਏਜ ਦਾ ਬੱਚਾ ਉਹ ਸ਼ੁਰੂ ਤੋਂ ਹੀ ਸਪੋਰਟਸ ਨਾਲ ਜੁੜੇ ਅਤੇ ਅੱਗੇ ਤੱਕ ਇਸ ਚੰਗੇ ਹੈਲਦੀ ਲਾਈਫ ਸਟਾਈਲ ਨਾਲ ਜੁੜਾ ਰਹੇ ਤੁਸੀਂ ਇਹਦੇ ਵਿੱਚ 14 ਸਾਲ ਦੀ ਉਮਰ ਰੱਖੀ ਹੈ ਬੱਚੇ ਦੀ ਕਿ ਮਿਨੀਮਮ ਦੀ ਏਜ ਇੰਨੀ ਹੋਣੀ ਚਾਹੀਦੀ ਹੈ ਕਿਆ ਇਹ ਕਿਉਂਕਿ ਇਹ ਹਾਰਡ ਬਾਲ ਹੁੰਦੀ ਹੈ ਕ੍ਰਿਕਟ ਦੇ ਵਿੱਚ ਅਤੇ ਉਹਨਾਂ ਲਈ ਥੋੜ੍ਹਾ ਪੋਸੀਬਲ ਨਹੀਂ ਹੋਏਗਾ ਦ ਰੀਜ਼ਨ ਫੋਰ 14 ਸਾਲ ਇਹ ਹੈਗਾ ਕਿ ਪਹਿਲੀ ਗੱਲ ਤਾਂ ਇਹ ਟੂਰਨਾਮੈਂਟ ਗਲੀ ਟੂਰਨਾਮੈਂਟ ਹੈ ਅਤੇ ਇਹ ਟੈਨਿਸ ਦੀ ਬਾਲ ਨਾਲ ਖੇਡਿਆ ਜਾ ਰਿਹਾ ਸੋ ਇਹ ਡੇਂਜਰਸ ਨਹੀਂ ਹੈਗਾ ਇਹਨੂੰ ਹਰ ਏਜ ਦਾ ਬੱਚਾ ਖੇਡ ਸਕਦਾ ਨੰਬਰ 2 14 ਸਾਲ ਤੋਂ ਅਕਸਰ ਬਹੁਤ ਸਾਰੇ ਬੱਚੇ ਖੇਡਦੇ ਪਾਏ ਜਾਂਦੇ ਅਤੇ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਕਿਸੇ ਵੀ ਉਮਰ ਦੇ ਬੱਚੇ ਨੂੰ ਇੱਕ ਰੀਜ਼ਨੇਬਲ ਉਮਰ ਦੇ ਬੱਚੇ ਨੂੰ ਅਸੀਂ ਇਹੋ ਜਿਹੀ ਓਪਰਚੁਨਿਟੀ ਤੋਂ ਵਾਂਝਾ ਰੱਖੀਏ ਤੀਸਰਾ ਸਾਡੀ ਇਹ ਕੋਸ਼ਿਸ਼ ਹੈ ਕਿ ਛੋਟੀ ਉਮਰ ਤੋਂ ਹੀ ਬੱਚਾ ਜਿਹੜਾ ਹੈ ਉਹਨੂੰ ਸਪੋਰਟਸ ਦਾ ਨਸ਼ਾ ਹੋਵੇ ਉਹਨੂੰ ਹੈਲਥ ਦਾ ਨਸ਼ਾ ਹੋਵੇ ਉਹਨੂੰ ਫਰੀਡਮ ਦਾ ਨਸ਼ਾ ਹੋਵੇ ਅਤੇ ਉਹ ਡਰੱਗਸ ਦਾ ਕਦੇ ਗੁਲਾਮ ਹੀ ਨਾ ਬਣੇ ਜਿਸ ਤਰ੍ਹਾਂ ਸਰ ਮੇਰਾ ਪਹਿਲੇ ਸਵਾਲ ਸੀਗਾ ਕਿ ਉਮੀਦ ਕੀ ਉਮੀਦ ਹੈ ਕਿ ਕਿੰਨੇ ਲੋਕ ਇਹਦੇ 'ਚ ਸ਼ਿਰਕਤ ਕਰ ਹਿੱਸਾ ਲੈਣਗੇ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰੋਗੇ ਕੋਈ ਚੈਨਲਾਈਜ਼ ਕਿਸ ਤਰ੍ਹਾਂ ਕਰੋਗੇ ਕੋਈ ਤੁਹਾਡਾ ਵੈਬਸਾਈਟ ਹੈ ਕਿਸੇ ਤਰ੍ਹਾਂ ਕੋਈ ਟੈਲੀਫੋਨ ਨੰਬਰ ਨੇ ਜੇ ਤੁਸੀਂ www.amritsarhope.com ਤੇ ਜਾਓਗੇ ਉਹ ਸਾਡੀ ਵੈਬਸਾਈਟ ਹੈ ਅੱਜ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਆਪਣਾ ਜਿਹੜਾ ਕੰਟੈਕਟ ਨੰਬਰ ਹੈ ਉਹ ਵੀ ਰਿਲੀਜ਼ ਕੀਤਾ ਹੈ ਅਤੇ ਉਹ ਕੱਲ੍ਹ ਸਵੇਰੇ ਅਵੇਲੇਬਲ ਹੋ ਜਾਏਗਾ ਮੀਡੀਆ 'ਚ ਉਹਦੇ ਰਾਹੀਂ ਕੋਈ ਵੀ ਉਸ ਵੈਬਸਾਈਟ 'ਤੇ ਜਾ ਕੇ ਜਾਂ ਉਸ ਟੈਲੀਫੋਨ ਨੰਬਰ 'ਤੇ ਜਾ ਕੇ ਕੋਈ ਵੀ ਟੀਮ ਜੇ ਪਾਰਟੀਸਪੇਟ ਕਰਨਾ ਚਾਹੁੰਦੀ ਹੈ ਕੋਈ ਵੀ ਬੰਦਾ ਜੇ ਪ੍ਰੇਅਰ ਵਿੱਚ ਸ਼ਾਮਿਲ ਹੋਣਾ ਚਾਹੀਦਾ ਆਪਣੇ ਆਪ ਰਜਿਸਟਰ ਕਰਵਾ ਸਕਦਾ ਹੈ ਐਂਡ ਜੇ ਕੋਈ ਵੀ ਸੰਸਥਾ NGO ਜਾਂ ਇੰਡੀਵਿਜੁਅਲ ਇਸ ਮੁਹਿੰਮ ਵਿੱਚ ਜੁੜ ਕੇ ਸ਼ਿਰਕਤ ਪਾਉਣਾ ਚਾਹੁੰਦਾ ਹੈ ਉਹ ਵੀ ਸਾਡੇ ਨਾਲ ਐਸੋਸੀਏਟ ਹੋ ਕੇ ਜੁੜ ਸਕਦਾ ਹੈਗਾ ਸਰ ਫਿਰ ਉਹੀ ਗੱਲ ਜੀ ਤੁਹਾਨੂੰ ਹੋਪ ਹੈ ਹੋਪ ਇਨੀਸ਼ੀਏਟਿਵ ਤੁਸੀਂ ਇਹਦਾ ਨਾਮ ਰੱਖਿਆ ਕੀ ਹੋਪ ਹੈ ਬੱਚਿਆਂ ਨੂੰ ਰਹੇਗੀ ਜਿਹੜਾ ਖੇਡਣਗੇ ਇਹਦੇ ਵਿੱਚ ਉਹਨਾਂ ਨੂੰ ਕੀ ਆਸ ਰਹੇਗੀ ਕੋਈ ਇਨਾਮ ਮਿਲੇਗਾ ਕੋਈ ਉਹਨਾਂ ਨੂੰ ਪ੍ਰਾਈਜ਼ ਮਿਲੇਗਾ ਕੋਈ ਉਹਨਾਂ ਦੀ ਟੀਮ ਅੱਗੇ ਜਾਏਗੀ ਸਾਡੀ ਇੱਕੋ ਪਹਿਲਾਂ ਮੈਂ ਬੱਚਿਆਂ ਬਾਰੇ ਦੱਸਣਾ ਚਾਹੂੰਗਾ ਕਿ ਯੈਸ ਇਹ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਇੱਕ ਬਹੁਤ ਉਮਦਾ ਦਰਜੇ ਦਾ ਅਤੇ ਇੱਕ ਆਲਾ ਲੈਵਲ ਦਾ ਅਸੀਂ ਪ੍ਰੋਫੈਸ਼ਨਲ ਟੂਰਨਾਮੈਂਟ ਕੰਡਕਟ ਕਰੀਏ ਤਾਂ ਕਿ ਇਹਦੇ 'ਚੋਂ ਯੂਥ ਨਿਕਲ ਕੇ ਆਏ ਯੂਥ ਟੈਲੈਂਟ ਉੱਭਰ ਕੇ ਆਏ ਅਤੇ ਨੰਬਰ 2 ਸਾਡੀ ਹੋਪ ਹੈ ਕਿ ਜਿਹੜਾ ਯੂਥ ਹੈ
वो बहुत वड्डी मात्रा विच स्पोर्ट्स नाल हेल्दी लाइफस्टाइल नाल जुड़े बच्चों नू मोटीवेट करने लई असी अच्छे बहुत रिच कैश प्राइजेज़ बारे प्रपोज़ कर रहे हैं जिहदी डिटेल असी बहुत जल्दी तुहानू नैक्सट कॉन्फ्रेंस विच दवांगे। इस तों इलावा साडी ये तजवीज़ है कि हर जिहड़ी टीम उत्थे खेडदी है उहनू असी किट दईए ताकि वह ईवन टूरनामेंट खत्म होने तो बाद भी स्पोर्ट्स नाल जुड़ी रहे। कोई सैलीब्रिटी भी है जी ये जुड़िया तुसीं कि बच्चों नू मोटीवेट करे? यूथ आईकॉन हैगे अभिषेक शर्मा एक क्रिकेटर हैगे वो ये फेस बने हैं। ही हैज़ विलिंगली कम फॉरवर्ड अमृतसर तो हैगे ही हैज़ कम फॉरवर्ड एज अ ब्रैस ब्रांड एम्बैसडर टू दिस इनिशिएटिव ते सानू उम्मीद है कि आने वाले दिनों में होर भी जिहड़े क्रिकेटर्स है वो इस पब्लिक कॉज नाल जुड़नगे। सो सर थैंक यू वेरी मच सर सानू भी उम्मीद है जी तुहाडा जिहड़ा पर्पस है वो कामयाब होवे। सो पंजाब पुलिस का उपराला है होप इनिशिएटिव लिया है जिहदा नाम रखा गया है यूथ नू नशा तो प्रति दूर करन लई एक उपराला है जिहदे नाल पंजाब पुलिस ने एक गली क्रिकेट का मुहिम शुरू की है करन जा रहे ने जिहदे लई उन्होंने वैबसाइट नंबर वैबसाइट भी लॉन्च करती है और नंबर भी देता है कि तुसीं वैबसाइट तो अपनी टीम रजिस्टर करा सकते हो। कैमरामैन सुखपाल ज्योति बहल दैनिक सवेरा टीवी अमृतसर।